ਅੱਜਕਾ ਹਰ ਪਾਸੇ ਪੁਜਾਰੀ ਦੇ ਚਰਚੇ ਚੱਲ ਰਹੇ ਹਨ ਹਰ ਕੋਈ ਪੁਜਾਰੀ ਨੂੰ ਕੋਸ ਰਿਹਾ ਹੈ ਇੱਕ ਪੁਜਾਰੀ ਦੂਸਰੇ ਪੁਜਾਰੀ ਨੂੰ ਤਾਣੇ ਮਿਹਣੇ ਮਾਰ ਰਿਹਾ ਹੈ ਹਰ ਪੁਜਾਰੀ ਨੂੰ ਲੱਗ ਰਿਹਾ ਹੈ ਕਿ ਮੈਂ ਨਹੀਂ ਬਲਕਿ ਦੂਸਰਾ ਪੁਜਾਰੀ ਅਸਲ ਪੁਜਾਰੀ ਹੈ ਵੈਸੇ ਆਪ ਸਭ ਨੂੰ ਪਤਾ ਹੈ ਕਿ ਧਰਮ ਦੇ ਨਾਮ ਉੱਪਰ ਪੂਜਾ ਦਾ ਤੰਗ ਲੈਣ ਵਾਲੇ ਇਨਸਾਨ ਨੂੰ ਪੁਜਾਰੀ ਆਖਿਆ ਜਾਂਦਾ ਹੈ ਸਮੇਂ ਦੀ ਬਦਲਦੀ ਰਫਤਾਰ ਦੇ ਨਾਲ ਨਾਲ ਪੁਜਾਰੀ ਬਾਦ ਦੀ ਰਫਤਾਰ ਵੀ ਬਦਲ ਗਈ ਹੈ ਇਸ ਪੁਜਾਰੀ ਬਾਦ ਦੇ ਸੰਬੰਧੀ ਬਲਰਾਜ ਸਿੰਘ ਸਪੋਕਨ ਨੇ ਕੁਝ ਗੱਲਾਂ ਲਿਖੀਆਂ ਨੇ ਉਹਨਾਂ ਨੇ ਲਿਖਿਆ ਕਿ ਜਿਸ ਵਕਤ ਗੁਰਨਾਨਕ ਪਾਤਸ਼ਾ ਇਸ ਜਹਾਨ ਉੱਪਰ ਆਗਮਨ ਹੋਇਆ ਉਸ ਸਮੇਂ ਸਮਾਜ ਧਾਰਮਿਕ ਪੁਜਾਰੀ ਦੇ ਬਚਾਇਆ ਜਾਲ ਦੇ ਵਿੱਚ ਪੂਰੀ ਤਰ੍ਹਾਂ ਉਲ ਚੁੱਕਿਆ ਸੀ ਪੁਜਾਰੀ ਨੇ ਮਨੁੱਖਤਾ ਦਾ ਧਾਰਮਿਕ ਸ਼ੋਸ਼ਣ ਇਸ ਕਦਰ ਕਰਿਆ ਹੋਇਆ ਸੀ ਕਿ ਧਰਮ ਦੇ ਖੇਤਰ ਵਿੱਚ ਦੇਸ਼ ਤੇ ਰਾਜੇ ਮਹਾਰਾਜੇ ਵੀ ਪੁਜਾਰੀ ਦੇ ਗੁਲਾਮ ਬਣ ਚੁੱਕੇ ਸਨ ਇਤੋਂ ਤੱਕ ਕਿ ਪੁਜਾਰੀ ਨੇ ਉਸ ਕਰਤੇ ਦੀ ਰਚਨਾ ਦੇ ਵਕ ਵਕ ਅੰਗਾਂ ਨੂੰ ਵੀ ਦੇਵਤੇ ਭਾਗ ਭਗਵਾਨ ਬਣਾ ਤਾਰਿਆ ਸੀ ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਅਨ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਿਰਤ ਤਾਂ ਹੋਇਆ پاک ਪਵਿੱਤ ਪੁਜਾਰੀ ਨੇ ਅੰਨ ਪਾਣੀ ਅੱਗ ਵਿੱਚੋਂ ਇਥੋਂ ਤੱਕ ਕਿ ਲੋਨ ਨੂੰ ਵੀ ਦੇਵਤਾ ਭਾਵ ਰੱਬ ਬਣਾਤਾ ਰਿਹਾ ਸੀ ਜਿਵੇਂ ਅੱਜਕੱਲ ਅਪਗ੍ਰੇਡ ਪੁਜਾਰੀ ਕੁਦਰਤ ਨੂੰ ਰੱਬ ਬਣਾ ਕੇ ਪ੍ਰਚਾਰਨ ਤੇ ਲੱਗੇ ਹੋਏ ਹਨ ਪੁਜਾਰੀ ਕਹਿੰਦਾ ਸੀ ਕਿ ਤੁਸੀਂ ਮੈਨੂੰ ਦਾਨ ਕਰੋ ਫਿਰ ਰੱਬ ਮੇਰੇ ਕਹਿਣ ਤੇ ਤੁਹਾਡਾ ਖਲਿਆਣ ਕਰੇਗਾ ਤੁਸੀਂ ਆਪਣਾ ਪੈਸਾ ਟਕਾ ਸੋਨਾ ਚਾਂਦੀ ਤਾਂ ਦੌਲਤ ਜ਼ਮੀਨ ਜਾਇਦਾਦ ਇਥੋਂ ਤੱਕ ਕਿ ਆਪਣੀ ਪਤਨੀ ਦਾਨ ਕਰੋ ਮੈਂ ਤੁਹਾਡੀਆਂ ਸਵਰਗਾਂ ਦੇ ਵਿੱਚ ਸੀਟਾ ਰਿਜ਼ਰਵ ਕਰਵਾ ਦਵਾਂਗਾ ਧਾਰਮਿਕ ਪੁਜਾਰੀ ਦਾ ਸਾਰਾ داروਮਹਾਰਦਾਰ ਵਾਰ ਤੇ ਸਰਾਪ ਤੇ ਖੜਾ ਸੀ ਉਸ ਦੀ ਜ਼ਿੰਦਗੀ ਦਾ ਗੁਜ਼ਾਰਨ ਦਾ ਪੂਜਾ ਧੰਨ ਤੇ ਚੱਲਦਾ ਸੀ ਇਸ ਲਈ ਉਸ ਨੇ ਸਮਾਜ ਨੂੰ ਆਪਣੇ ਅਖੌਤੀ ਧਾਰਮਿਕ ਮਾਇਆ ਜਾਲ ਵਿੱਚ ਫਸਾ ਰੱਖਿਆ ਸੀ 10 ਗੁਰੂ ਜਾਮਿਆਂ ਨੇ ਆਪਣੇ ਜੀਵਨ ਕਾਲ ਦੇ ਦੌਰਾਨ ਇਸ ਧਾਰਮਿਕ ਲੁੱਟ ਦੇ ਖਿਲਾਫ ਸਮਾਜ ਨੂੰ ਜਾਗਰੂਕ ਕੀਤਾ ਮਨੁੱਖਤਾ ਨੂੰ ਜਗਾਇਆ ਕਿ ਤੁਸੀਂ ਰੱਬ ਦੇ ਨਾਮ ਉੱਪਰ ਲੁੱਟੇ ਜਾ ਰਹੇ ਹੋ ਰੱਬ ਕੋਈ ਅਜਾਈ ਸ਼ਕਤੀ ਜਾਂ ਬੰਦਾ ਨਹੀਂ ਜੋ ਸਿਰਫ ਪੁਜਾਰੀ ਦੇ ਚੱਲਦਿਆਂ ਹੀ ਚੱਲਦਾ ਹੈ ਗੁਰੂ ਸਾਹਿਬਾਨਾਂ ਦੀਆਂ ਗਿਆਨ ਰੂਪੀ ਸਿੱਖਿਆਵਾਂ ਨੂੰ ਧਾਰਨ ਕਰਕੇ ਨਾਨਕ ਨਾਮ ਲੇਵਾ ਸਮਾਜ ਪੁਜਾਰੀ ਦੇ ਚੁੰਗਲ ਵਿੱਚੋਂ ਆਜ਼ਾਦ ਹੋ ਗਿਆ। ਤਕਰੀਬਨ 200 ਸਾਲ ਸਿੱਖ ਸਮਾਜ ਪੁਜਾਰੀ ਦੀ ਧਾਰਮਿਕ ਲੁੱਟ ਖਸੂਰ ਤੋਂ ਆਜ਼ਾਦ ਰਿਹਾ। ਫਿਰ ਪੁਜਾਰੀ ਨੇ ਆਪਣਾ ਪ੍ਰਾਣਾ ਸਰੂਪ ਬਦਲਣਾ ਸ਼ੁਰੂ ਕੀਤਾ। ਉਸਨੇ ਸਰੂਪ ਪਰ ਧਾਰਮਿਕ ਬੋਧੀ ਦੀ ਜਗ੍ਹਾ ਧਾਰਮਿਕ ਦਸਤਾਰ ਸਜਾ ਲਈ। ਸਰੀਰ ਤੇ ਲੰਬਾ ਸਫੇਦ ਚੋਲਾ ਪਾ ਲਿਆ। ਗਲੇ ਵਿੱਚ ਗੁਰਬਾਣੀ ਵੱਲੋਂ ਬਬਰਜੀਤ ਮਾਲਾ ਪਾ ਲਈਆਂ। ਹੁਣ ਉਸਨੇ ਪੋਲੇ-ਪਾਲੇ ਸਿੱਖਾਂ ਨੂੰ ਸ਼ਰਦਾ ਦੇ ਨਾਮ ਉੱਪਰ ਲੁੱਟਣਾ ਸ਼ੁਰੂ ਕਰ ਦਿੱਤਾ। ਸਿੱਖ ਦਿਖਵਾਲੇ ਵਿਪਰਨ ਪ੍ਰਚਲਿਤ ਕੀਤਾ ਹੈ ਕਿ ਮੇਰੇ ਡੇਰੇ ਸੇਵਾ ਕੀਤੀ ਸੰਪਰਪਾਠ ਅਤੇ ਅਖੰਡ ਪਾਠ ਕਰਵਾਏ ਹੀ ਗੁਰੂ ਨੂੰ ਪ੍ਰਵਾਨ ਹੋਣਗੇ ਗਿੰਤੀਆਂ ਬੇਨਤੀਆਂ ਦੇ ਪਾਠ ਤੁਸੀਂ ਕਰੋ ਅਰਦਾਸ ਮੈਂ ਕਰਾਂਗਾ ਵਾਹਿਗੁਰੂ ਦੇ ਘਰ ਦੇ ਵਿੱਚ ਸਿਰਫ ਮੇਰੀ ਅਰਦਾਸ ਹੀ ਕਬੂਲ ਹੁੰਦੀ ਹੈ ਇਸ ਤਰ੍ਹਾਂ ਤੁਹਾਡੀ ਬੰਦ ਖੁਲਾਸੀ ਹੋਵੇਗੀ ਮੈਂ ਤੁਹਾਡੇ ਅਤੇ ਰੱਬ ਵਿਚਕਾਰ ਵਿਚੋਲਾ ਹਾਂ ਤੁਸੀਂ ਮੇਰੇ ਘਰ ਪਰੋ ਰੱਬ ਤੁਹਾਡਾ ਪਰੇਗਾ ਆਪਣੇ ਵੱਲੋਂ ਹੁੰਦੀ ਇਸ ਸਰਦਕ ਖੱਜਲ ਖਵਾਰੀ ਨੂੰ ਰੋਕਣ ਦੇ ਲਈ ਕੁਝ ਪੰਥਦਰ ਦੇ ਸੂਝਵਾਨ ਵਿਦਵਾਨ ਅੱਗੇ ਆਏ ਉਹਨਾਂ ਮਿਸ਼ਨਰੀ ਕਾਲਜ ਖੋਲੇ ਤਾਂ ਜੋ ਗੁਰਮਤਿ ਦੀ ਸਹੀ ਜਾਣਕਾਰੀ ਸਿੱਖਾਂ ਦੇ ਕਰਕਰ ਪਹੁੰਚਾਈ ਜਾਵੇ ਇਹਨਾਂ ਗੁਰਮਤਿ ਗਿਆਨ ਨਾਲ ਬਰੇਜ਼ ਕਾਲਜਾਂ ਦੇ ਵਿੱਚੋਂ ਤਤ ਗੁਰਮਤਿ ਵੀ ਸਿੱਖਿਆ ਲੈ ਕੇ ਨਿਕਲੇ ਨੌਜਵਾਨ ਪ੍ਰਚਾਰਕਾਂ ਨੇ ਗੁਰਨਾਨਕ ਸਾਹਿਬ ਦੀ ਬਾਕੀ ਤਰਮਨ ਨਾਲੋਂ ਬਲੱਖਣ ਫਿਲਾਸਫੀ ਨੂੰ ਬੜੀ ਸ਼ਿੱਦਤ ਨਾਲ ਪ੍ਰਚਾਰਿਆ ਪ੍ਰਸਾਰਿਆ ਇਹਨਾਂ ਪ੍ਰਚਾਰਕਾਂ ਦੇ ਨਾਲ ਨਾਲ ਕੁਝ ਹੋਰ ਗੁਰਬਾਣੀ ਦੇ ਰਸਿਏ ਨੇ ਰੋਲ ਗੁਰਮਤ ਦੇ ਧਾਰਨੀ ਵਿਦਵਾਨ ਸੱਜਣਾ ਨੇ ਵੀ ਆਪਣਾ ਯੋਗਦਾਨ ਪਾਇਆ ਤੇ ਅੱਜ ਵੀ ਪਾ ਰਹੇ ਹਨ ਗਿਆਨ ਦੀ ਉੱਠੀ ਹਸਾ ਨੇਰੀ ਨੂੰ ਵੇਖ ਕੇ ਸ਼ਰਦਕ ਪੁਜਾਰੀ ਦਾ ਤਖਤ ਫਿਰ ਹਿੱਲਿਆ ਉਸ ਨੂੰ ਆਪਣੀ ਸਲਤਨਤ ਜੋ ਸ਼ਰਦਾ ਦੇ ਨਾਮ ਉੱਪਰ ਮਾਇਆ ਇਕੱਠੀ ਕਰਕੇ ਖੜੀ ਕੀਤੀ ਸੀ ਤਬਾਹ ਹੁੰਦੀ ਨਜ਼ਰ ਆਉਣ ਲੱਗੀ ਸ਼ਰਦਕ ਪੁਜਾਰੀ ਨੇ ਫਿਰ ਬਲਟੀ ਮਾਰ ਲਈ ਉਸ ਨੇ ਸਭ ਤੋਂ ਪਹਿਲਾਂ ਆਪਣੇ ਧਾਰਮਿਕ ਦਸਤਾਰ ਬੰਨਣ ਦਾ ਸਟਾਈਲ ਬਦਲਿਆ ਗਲੇ ਵਿੱਚੋਂ ਮਾਲਾ ਵਗੈਰਾ ਉਤਾਰ ਦਿੱਤੀਆਂ ਅਤੇ ਸਿੱਖਾਂ ਦੇ ਵਿੱਚ ਉਹਨਾਂ ਦਾ ਭਰਾ ਬਣ ਕੇ ਵਿਚਰਨ ਲੱਗਾ ਹੁਣ ਉਹ ਤਤ ਗੁਰਮਤ ਦੇ ਪ੍ਰਚਾਰ ਦੀ ਨਕਲ ਕਰਕੇ ਉਸ ਨੂੰ ਆਪਣੇ ਢੰਗ ਨਾਲ ਪ੍ਰਚਾਰ ਰਿਹਾ ਹੈ ਸ਼ਰਦਾ ਦੇ ਨਾਮ ਉੱਪਰ ਕੀਤੀ ਕਮਾਈ ਨਾਲ ਜੋ ਉਸਨੇ ਮਹਿਲ ਖੜੇ ਕੀਤੇ ਸਨ ਉਹਨਾਂ ਦੀ ਦੇਖਰੇਖ ਅਤੇ ਆਪਣੀ ਲਗਜ਼ਰੀ ਲਾਈਫ ਵੀਆਈਪੀ ਕਲਚਰ ਨੂੰ ਬਰਕਰਾਰ ਰੱਖਣ ਦੇ ਲਈ ਉਸਨੇ ਇਨਕਮ ਦੇ ਸਾਧਨ ਵੀ ਬਦਲ ਲਏ ਹਨ ਹੁਣ ਉਹ ਸਿੱਧੀ ਮਾਇਆ ਨਹੀਂ ਫੜਦੇ ਸਗੋਂ ਆਪਣੇ ਬੈਂਕ ਅਕਾਊਂਟ ਪਬਲਿਕ ਕਰਦੇ ਹਨ ਸੋਸ਼ਲ ਮੀਡੀਆ ਰਾਹੀਂ ਬੈਂਕ ਅਕਾਊਂਟ ਕਰ ਕਰ ਪਹੁੰਚਾਇਆ ਜਾ ਰਿਹਾ ਹੈ ਅੱਜਕਲ ਪੂਜਾ ਦਾ ਤਾਂ ਇਲੈਕਟ੍ਰੋਨਿਕ মিডিਆ ਵੱਲੋਂ ਇਕੱਠਾ ਕੀਤਾ ਜਾ ਰਿਹਾ ਇੰਜ ਕਹਿ ਲਵੋ ਕਿ ਸ਼ਰਦਕ ਪੁਜਾਰੀ ਹੁਣ ਇਲੈਕਟ੍ਰੋਨਿਕ ਪੁਜਾਰੀ ਬਣ ਗਿਆ ਹੈ ਹੁਣ ਕੋਤਰੀਆਂ ਅਖੰਡ ਪਾਠਾਂ ਸੰਪੜ ਪਾਠਾਂ ਦੁਆਰਾ ਨਹੀਂ ਬਲਕਿ YouTube ਰਾਹੀਂ ਮੋ ਪੁਜਾਰੀ ਹਰ ਦੂਜੇ ਤੀਜੇ ਮਹੀਨੇ ਕੋਈ ਨਾ ਕੋਈ ਬਿਨਾ ਲੋੜ ਤੋਂ ਵੀਡੀਓ ਤਿਆਰ ਕਰਦੇ ਹਨ ਪਹਿਲਾਂ ਕੁਝ ਦਿਨ ਉਸ ਵੀਡੀਓ ਦਾ ਫਿਲਮਾਂ ਦੀ ਤਰਜ਼ ਤੇ ਟ੍ਰੇਲਰ ਰੀਲீஸ் ਕੀਤਾ ਜਾਂਦਾ ਹੈ ਟ੍ਰੇਲਰ ਦੀ ਡਬਿੰਗ ਇਨ ਬਿਨ ਫਿਲਮੀ ਤਰਜ਼ ਤੇ ਹੁੰਦੀ ਹੈ ਟ੍ਰੇਲਰ ਵਿੱਚ ਬੈਕਗ੍ਰਾਉਂਡ ਤੇ ਤਮਾਕੇਦਾਰ ਵਿਯੋਗ ਮਈ ਜਾਂ ਫਿਰ ਵੀਰ ਰਸੀ 뮤직 ਪੁਜਾਇਆ ਜਾਂਦਾ ਹੈ ਟ੍ਰੇਲਰ ਦੀ ਪੂਰੀ ਤਰ੍ਹਾਂ ਨਾਟਕੀ ਢੰਗ ਨਾਲ ਐਕਟਿੰਗ ਕੀਤੀ ਜਾਂਦੀ ਹੈ ਫਿਰ ਉਸ ਨੂੰ 1-2 ਦਿਨ ਪਹਿਲਾਂ ਫਿਲਮਾਂ ਦੀ ਤਰਜ਼ ਤੇ ਰੀਲீஸ் ਕੀਤਾ ਜਾਂਦਾ ਹੈ ਤਾਂ ਜੋ ਸਿੱਖ ਸੰਗਤ ਦਾ ਧਾਰਮਿਕ ਮਾਨਸਿਕ ਸ਼ੋਸ਼ਣ ਕਰਨ ਦੇ ਲਈ ਉਨ੍ਹਾਂ ਦੀ ਉਤਸੁਕਤਾ ਵਧਾਈ ਜਾਵੇ ਬਾਅਦ ਵਿੱਚ ਬਿਨਾਂ ਕਾਰਨ ਗੁਰਮਤ ਵਿਰੋਧੀ ਬਣਾਈ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਕਾਰਨ ਸਾਫ਼ ਅਤੇ ਸਪਸ਼ਟ ਹੈ ਕਿ ਇਸ ਤਰ੍ਹਾਂ ਕਰਨ ਦੇ ਨਾਲ YouTube ਤੇ ਕਲਿੱਕ ਵਧਣਗੇ ਅਤੇ ਕਮਾਈ ਮੋਟੀ ਹੋਵੇਗੀ ਜੇ ਇਸ ਤਰ੍ਹਾਂ ਨਾ ਹੁੰਦਾ ਤਾਂ ਪੁਜਾਰੀ ਕਦੇ ਵੀ YouTube ਸਬਸਕ੍ਰਾਈਬਰਾਂ ਦੀ ਨਮਾਇਸ਼ ਸੋਸ਼ਲ ਮੀਡੀਆ ਤੇ ਨਾ ਕਰਦਾ ਇਸ ਗੱਲ ਦਾ ਪ੍ਰਚਾਰ ਕਰਨਾ ਕਿ ਸਾਡੇ ਲੱਖਾਂ ਦੇ ਹਿਸਾਬ ਦੇ ਨਾਲ ਸਬਸਕ੍ਰਾਈਬਰ ਹਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਵੀ ਇੱਕ ਧਰਮ ਦੇ ਨਾਂ 'ਤੇ ਇਲੈਕਟ੍ਰੋਨਿਕ ਧਾਰਮਕ ਤੰਦਾ ਹੈ ਇਸ ਤੰਦੇ ਨੂੰ ਅਸਮਾਨ ਦੀਆਂ ਬੁਲੰਦੀਆਂ ਤੇ ਪਹੁੰਚਾਉਣ ਲਈ ਅੱਜਕੱਲ ਇਲੈਕਟ੍ਰੋਨਿਕ ਪੁਜਾਰੀ ਗੁਰਮਤ ਵਿਰੋਧੀ ਬਿਆਨ ਜਿਵੇਂ ਕਿ ਕੁਦਰਤ ਹੀ ਰੱਬ ਹੈ ਵਗੈਰਾ ਦਾ ਪ੍ਰਚਾਰ ਕਰ ਰਿਹਾ ਤਾਂ ਜੋ ਸਮਾਜ ਦਾ ਧਿਆਨ ਆਪਣੇ ਵੱਲ ਖਿੱਚਿਆ ਜਾ ਸਕੇ ਅਤੇ YouTube ਕਲਿੱਕ ਵਧਾਇਆ ਜਾ ਸਕੇ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਅਪਰਾਧ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ